ਹਾਲ ਚਾਲ ਭਾਜੀ ਦੇਖ ਆ ਦੇ ਇਹ ਆ ਦੇਖ ਹੈਗਾ ਪੰਜਾਬੀ ਆ ਦੇ ਕੱਪੜਿਆਂ ਦਾ ਹਾਲ ਦੇਖ ਉਹ ਭਾਜੀ ਹੱਥ ਉੱਥੇ ਧਵਾ ਦਿਆ ਗੁਰੂ ਬੰਦਾ ਖਾਣ ਲੱਗੇ ਚਲੋ ਬੰਦਾ ਹੱਥ ਉੱਥੇ ਬੰਦੇ ਨੂੰ ਕਹਿ ਦੇ ਧਵਾ ਦੇ ਨਾ ਕਹਿੰਦਾ ਵੀ ਮੇਰਾ ਭਰਾ ਇੱਦਾਂ ਅਸੀਂ ਆਹ ਹਾਲਾਤ ਦੇ ਵਿੱਚ ਕੋਈ ਠੰਡ ਨਹੀਂ ਇਹ ਪਤਾ ਕਿੱਦਣ ਦੀ ਵੀਡੀਓ ਇਹ ਕੱਲ੍ਹ ਪਰਸੋਂ ਦੀ ਵੀਡੀਓ ਆ ਜਿਹੜੀ ਆਹ ਹਾਲਾਤ ਦੇ ਵਿੱਚ ਹੁੰਦਾ ਉਧਰੋਂ ਨਾ ਪੈਣ ਨਹੀਂ ਬੁਰੇ ਹਾਲ ਆ ਆਹ ਦੇਖੋ ਤਾਂ ਆਹ ਕਿਹੜਾ ਭਰਾ ਇੱਦਾਂ ਕੋਈ ਸਹੀ ਨਹੀਂ ਹੈਗੇ ਇਹ ਕੱਲ੍ਹ ਦੀ ਵੀਡੀਓ ਇੱਕ ਲਾਵਾਂਗੇ ਜ਼ਰੂਰ ਦੇਖਿਓ ਜਿਹੜੀ ਕੱਲ ਦੀ ਟੋਕਰਾ ਫੜ ਕੇ ਆਹ ਹਾਲਾਤ ਚ ਪਹਿਲੇ ਹਾਲਾਤ ਜਿਹੜੇ ਬਣੇ ਸਾਰਾ ਤੇ ਮੈਂ ਉਹ ਤੁਹਾਨੂੰ ਦਿਖਾ ਨਹੀਂ ਸਕਦੇ ਸੀ ਜੋ ਉਹਨਾਂ ਦੀ ਬਾਥਰੂਮ ਵਾਲੀ ਜਗ੍ਹਾ ਸਾਰੀ ਜਿਹੜੀ ਉਹ ਖਰਾਬ ਆ ਪ੍ਰੇਟ ਇਲਾਜ ਦੀ ਲੋੜ ਆ ਪਰ ਇਸ ਹਾਲਾਤ ਦੇ ਵਿੱਚ ਵੀ ਉਹ ਕੰਮ ਕਰਦੇ ਸੀ ਇਸ ਹਾਲਾਤ ਦੇ ਵਿੱਚ ਵੀ ਟੋਕਰਾ ਨਹੀਂ ਸੀ ਚੱਕ ਹੁੰਦਾ ਕਿਵੇਂ ਚੱਕ ਚੱਕ ਕੇ ਜਾ ਕੇ ਗੋਹਾ ਛਿਆਂ ਪਸ਼ੂਆਂ ਦਾ ਸਿੱਟਦੇ ਆ ਸਾਰਾ ਕੰਮ ਟਾਲਦਾ ਇਹ ਬਜ਼ੁਰਗ ਕਰਦੇ ਆ ਹੈਂ ਹਾਏ 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 ਕਹਿੰਦਾ ਪੈਸੇ ਵੀ ਲੈਣੇ ਆ ਕਿੰਨੇ ਪੈਸੇ ਆ ਤੇ ਦਰਦ ਤਾਂ ਬਹੁਤ ਹੋ ਰਹੀ ਹੈ ਦਰਦ ਕਰੇ ਕਰੇ ਹੁੰਦਾ ਅੱਛਾ ਬਹੁਤ ਤੂੰ ਕਹਿੰਦਾ ਵੀ ਮੇਰਾ ਇਲਾਜ ਕਰਾ ਕੀ ਕਹਿੰਦਾ ਵੇ ਹੈਂ ਕੀ ਕਹਿੰਦਾ ਕਹਿੰਦਾ ਨਹੀਂ ਘੱਟੋ ਘੱਟ 25 ਸਾਲ ਹੋ ਗਏ ਹੁਣ ਇਹਨੂੰ ਕਿਹਾ ਮੇਰੇ ਦਰਦ ਹੁੰਦੀ ਇਲਾਜ ਕਰਵਾ ਕੀ ਕਹਿੰਦਾ ਉਹ ਤਾਂ ਇੱਕ ਦਿਨ ਮੈਂ ਦੱਸ ਕਿਹਾ ਸੀਗਾ ਤੇ ਉਹ ਕਹਿੰਦੇ ਕਰੇ ਨਹੀਂ ਹਟ ਜਾਣੀ ਕੋਈ ਗੋਲੀ ਨਹੀਂ ਦਿੱਤੀ ਕੋਈ ਕੁਛ ਨਹੀਂ ਦਿੱਤਾ ਵਾਹਿਗੁਰੂ ਮੁੱਢ ਹਸਪਤਾਲ ਹੋ ਕੇ ਵੀ ਇਲਾਜ ਨਹੀਂ ਕਰਾ ਸਕੇ ਇਹਨੇ ਬੰਦੇ ਨੇ ਕੀ ਕਰਨਾ ਹੋਰ ਦੱਸੇ ਹੈਂ ਲਓ ਥਾਣੇ ਲਿਖ ਕੇ ਜਾ ਰਹੇ ਤਾਂ ਗੱਲ ਹੀ ਨਹੀਂ ਜਾ ਰਹੇ ਤਾਂ ਮੈਂ ਤਾਂ ਕਿਹਾ ਚੱਲ ਕੀ ਕਰਾਂ ਕਰਦਾ ਨਹੀਂ ਬੰਦੇ ਨੂੰ ਗੱਲ ਮਹੀਨੇ ਦੇ ਮਹੀਨੇ ਲਓ ਲਿਖ ਕੇ ਦੋ ਯਾਰ ਤੂੰ ਮੈਂ ਥੋੜੀ ਰੱਖੀ ਲੈ ਤੁਹਾਡੇ ਕੋਲ ਹੀ ਆ ਲੈ ਕੋ ਕਿੱਥੇ ਪਈ ਆ ਇੱਥੇ ਥੋੜੀ ਘਰੇ ਆ ਘਰੇ ਹੀ ਲਓ ਕਰੋ ਗੱਲ ਹੁਣ ਮੈਂ ਤੁਹਾਡੇ ਵੀ ਤੁਹਾਡੇ ਕੋਲ ਹੀ ਘਰ ਪਈ ਹੂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆ ਜਿਹੜੀ ਤੁਸੀਂ ਇੱਕ ਵੀਡੀਓ ਦੇਖ ਰਹੇ ਆ ਬੇਨਤੀ ਆ ਸਾਰੀ ਵੀਡੀਓ ਜ਼ਰੂਰ ਦੇਖਿਓ ਸਾਨੂੰ ਇੱਕ ਵੀਰ ਨੇ ਇਸ ਬਜ਼ੁਰਗ ਦੀ ਇਤਲਾਹ ਦਿੱਤੀ ਅਤੇ ਜਿਸ ਵੀਰ ਨੇ ਸਾਨੂੰ ਇਹ ਬਜ਼ੁਰਗਾਂ ਬਾਰੇ ਇਤਲਾਹ ਦਿੱਤੀ ਅਤੇ ਉਹ ਇੱਕ ਦੋ ਦਿਨਾਂ 'ਚ ਉਹਨੇ ਵੀਡੀਓ ਬਣਾ ਕੇ ਭੇਜੀ ਪਰ ਇਸ ਤੋਂ ਪਹਿਲਾਂ ਮੈਨੂੰ ਵੀ ਇੱਕ ਵੀਰ ਨੇ ਪਹਿਲਾਂ ਵੀ ਇਹਦੀ ਇਤਲਾਹ ਦਿੱਤੀ ਸੀ ਪਰ ਉਹਨੇ ਪੂਰੀ ਇਨਫੋਰਮੇਸ਼ਨ ਨਹੀਂ ਦਿੱਤੀ ਸੀ ਪਰ ਅੱਜ ਜਦੋਂ ਅਸੀਂ ਇਹ ਪੂਰੀ ਕਾਰਵਾਈ ਪਾਈ ਅਤੇ ਉਹ ਵੀਰ ਜਿਹਨੇ ਇਹ ਸਾਨੂੰ ਇਤਲਾਹ ਦਿੱਤੀ ਸੀ ਤਾਂ ਉਹ ਮੈਨੂੰ ਮਿਲਿਆ ਉਸ ਵੀਰ ਨੇ ਮੈਨੂੰ 10 ਮਿੰਟ ਮੇਰੇ ਕੋਲ ਖੜ੍ਹ ਕੇ ਉਸ ਵੀਰ ਨੇ ਜਿਹੜੀਆਂ ਮੈਨੂੰ ਗੱਲਾਂ ਦੱਸੀਆਂ ਮੈਂ ਝੰਜੋੜਿਆ ਗਿਆ ਸੱਚੀ ਮੇਰੀ ਲੂਹ ਕੰਡੇ ਖੜ੍ਹੇ ਹੋ ਗਏ ਅਤੇ ਉਹ ਵੀਰ ਵੀ ਇੰਨਾ ਇਮੋਸ਼ਨਲ ਉਸ ਵੀਰ ਨੇ ਅੱਖਾਂ 'ਚੋਂ ਪਾਣੀ ਆ ਗਿਆ ਦੱਸਦੇ ਨੂੰ ਕਹਿੰਦਾ ਵੀਰੇ ਮੈਂ ਅੱਜ ਆਪਣੇ ਸਿਰ ਤੋਂ ਭਾਰ 35-36 ਸਾਲਾਂ ਦਾ ਭਾਰ ਮੈਂ ਆਪਣੇ ਸਿਰ ਤੋਂ ਲਾਇਆ ਉਹ ਵੀਰ ਦੱਸਦਾ ਕਹਿੰਦਾ ਮੈਨੂੰ 14-15 ਸਾਲ ਮੈਨੂੰ ਇੱਥੋਂ ਗਏ ਨੂੰ ਹੋ ਗਏ ਪਰ ਜਦੋਂ ਮੈਂ ਪਹਿਲਾਂ ਇੱਥੇ ਸੀ ਅਤੇ ਮੈਂ ਜਦੋਂ ਕਹਿੰਦਾ ਸਵੇਰ ਨੂੰ ਜਦੋਂ ਪੱਠਿਆਂ ਦਾ ਟਾਈਮ ਹੋ ਜਾਂਦਾ ਸੀ ਸਵੇਰ ਨੂੰ ਉੱਠਣ ਦਾ ਪਸ਼ੂ ਚੋਣ ਦਾ ਕਹਿੰਦਾ ਲੇਰਾਂ ਵੱਜਦੀਆਂ ਹੁੰਦੀਆਂ ਸੀ ਜਿਵੇਂ ਕਹਿੰਦਾ ਕੋਈ ਬੱਕਰੇ ਨੂੰ ਵੱਢਣ ਲੱਗੇ ਉਹ ਲੇਰਾਂ ਮਾਰਦਾ ਨਾ ਇੱਦਾਂ ਇੱਥੋਂ ਲੇਰਾਂ ਵੱਜਦੀਆਂ ਹੁੰਦੀਆਂ ਸੀ ਅਤੇ ਮੈਨੂੰ ਕਹਿੰਦਾ ਮੇਰੇ ਕੰਨਾਂ 'ਚ ਪੈਂਦੀਆਂ ਹੁੰਦੀਆਂ ਸੀ ਅਤੇ ਮੈਂ ਕਹਿੰਦਾ ਵੀ ਇੰਨਾ ਮੈਂ ਉਸ ਟਾਈਮ ਆਪਣੇ ਆਪ ਨੂੰ ਸਮਝਦਾ ਸੀ ਵੀ ਮੈਂ ਕੀ ਕਰ ਸਕਦਾ ਅਤੇ ਕਹਿੰਦਾ ਮੈਂ ਉਹ ਤੋਂ ਬਾਅਦ ਆਪਣੇ ਦੌੜਿਆਂ ਪਰ ਨਹੀਂ ਗੱਲ ਬਣੀ ਮੈਂ ਚੱਲ ਗਿਆ ਮੈਂ 14-15 ਸਾਲ ਮੈਂ ਬਾਹਰ ਰਿਹਾ ਉਹ ਤੋਂ ਬਾਅਦ ਕਹਿੰਦਾ ਮੈਨੂੰ ਆਏ ਨੂੰ ਥੋੜ੍ਹਾ ਸਮਾਂ ਹੋਇਆ ਪਰ ਜਦੋਂ ਕਹਿੰਦਾ ਮੈਂ ਆਣ ਕੇ ਦੇਖਿਆ ਫਿਰ ਉਹੀ ਹਾਲਾਤਾਂ ਦੇ ਵਿੱਚ ਕਹਿੰਦਾ ਮੈਂ ਮੰਦਰ 'ਚ ਜਾਂਦਾ ਗੁਰਦੁਆਰਾ ਸਾਹਿਬ 'ਚ ਜਾਂਦਾ ਕਹਿੰਦਾ ਮੈਂ ਜਦੋਂ ਜਾ ਕੇ ਮੈਨੂੰ ਮੇਰੇ ਮਨ 'ਚ ਆਉਂਦੀ ਵੀ ਜਦੋਂ ਮੈਂ ਜਾ ਕੇ ਉੱਪਰ ਪਰਮਾਤਮਾ ਨੂੰ ਮੂੰਹ ਦਿਖਾ ਲੈਣਾ ਅਤੇ ਮੈਂ
ਕਿ ਮੈਨੂੰ ਪਰਮਾਤਮਾ ਕੀ ਕਹਿਣਗੇ ਵੀ ਤੂੰ ਮੈਨੂੰ ਲੱਭਦਾ ਰਿਹਾ ਤੇ ਜਿੱਥੇ ਤੇਰੇ ਲਾਗੇ ਕੋ ਮੈਂ ਤੇਰੇ ਲਾਗੇ ਸੀ ਸਗਾ ਤੇ ਤੂੰ ਮੈਨੂੰ ਛਡਾਇਆ ਕਿਉਂ ਨਹੀਂ। ਵੀ ਹਰੇਕ ਬੰਦੇ 'ਚ ਕਹਿੰਦਾ ਰੱਬ ਵੱਸਦਾ, ਕਹਿੰਦਾ ਮੈਂ ਮੇਰੇ ਮਨ ਕਹਿੰਦਾ ਅੱਜ ਮੇਰੇ ਮਨ ਤੋਂ ਬੋਝ ਲੱਥ ਗਿਆ, ਇੰਨਾ ਮਾਰ ਕਟਾਈ ਕਹਿੰਦਾ ਇਸ ਬੰਦੇ ਨਾਲ ਹੁੰਦੀ। ਆ ਤੁਸੀਂ ਦੇਖਿਓ ਜਿਹਨੇ ਰੱਖਿਆ ਉਹਨੇ ਮੰਨਣਾ ਨਹੀਂ ਵੀ ਮੇਰੇ ਮੈਨੂੰ ਮੈਂ ਕੁੱਟਦਾ ਮਾਰਦਾ। ਉਹਨੇ ਸਾਡੇ ਨਾਲ ਸਵਾਲ ਹੀ ਕਰਨੇ ਵੀ ਮੈਂ ਆਪਣਾ ਪੁੱਤ ਬਣਾ ਕੇ ਰੱਖਿਆ, ਪੁੱਤ 36 ਸਾਲ ਹੋ ਗਿਆ ਨਾ ਕੋਈ ਪੈਸਾ, ਇਹਦੀ ਬਜ਼ੁਰਗਾਂ ਦੀ ਪੈਨਸ਼ਨ ਵੀ ਲੱਗੀ ਉਹ ਵੀ ਆਪਣੇ ਕੋਲ ਰੱਖਦਾ ਰਿਹਾ। ਜਦੋਂ ਬਜ਼ੁਰਗਾਂ ਨੂੰ ਛਡਾ ਕੇ ਲੈ ਕੇ ਚੱਲੇ ਤਾਂ ਮੈਨੂੰ ਉਹਨਾਂ ਨੇ ਕਿਹਾ ਮੇਰੇ ਪੈਸੇ ਮੇਰੀ ਪੈਸੇ ਹੈ ਨਾ ਤੂੰ ਪੈ ਉਹ ਲੈ ਲੈ, ਮਤਲਬ ਉਹਨਾਂ ਨੂੰ ਕਿੰਨੀ ਆ ਵੀ ਮੇਰੀ ਕਮਾਈ ਇਹਨਾਂ ਕੋਲ ਪਈ ਆ। ਸੰਗਤ ਜੀ ਇਹ ਬਜ਼ੁਰਗਾਂ ਬਾਰੇ ਤੁਹਾਨੂੰ ਮੈਂ ਦੱਸਦਾ, ਇਹ ਧੁਰੀ ਸ਼ਹਿਰ ਦੇ ਰਹਿਣ ਵਾਲੇ ਆਪਣੇ ਦੱਸਦੇ ਆ। ਇਹਨਾਂ ਨੂੰ ਜਦੋਂ ਅੱਜ ਤੋਂ 35-36 ਸਾਲ ਪਹਿਲਾਂ ਇੱਕ ਨਰਸ ਰਾਣੀ ਪਿੰਡ ਦੀ ਟਾਂਡੇ ਲੱਗੇ ਨਰਸ, ਉਹ ਕਿਤੇ ਗਈ ਉੱਥੋਂ ਲੈ ਕੇ ਆਈ, ਘਰ ਦੇ ਵਿੱਚ ਉਹਨੇ ਪੱਠਿਆਂ ਪੁੱਠਿਆਂ ਨੂੰ ਰੱਖਿਆ ਸੀ, ਉੱਥੇ ਇਹਦਾ ਹੱਥ ਵੱਢ ਹੋ ਗਿਆ ਅਤੇ ਉਹਨਾਂ ਨੇ ਸਿਵਲ ਹੋਸਪਿਟਲ ਟਾਂਡੇ ਦਾਖਲ ਕਰਾ ਦਿੱਤਾ। ਉੱਥੋਂ ਇਹ ਬੰਦਾ ਉਹਨੇ ਦਾਖਲ ਕਰਾ ਕੇ ਚਲੇ ਗਈ, ਉਹਨੇ ਕੋਈ ਨਹੀਂ ਪੁੱਛਿਆ, ਦਾਖਲ ਕਰਾ ਕੇ ਉਹ ਨਰਸ ਚਲੇ ਗਈ, ਉਹਨੇ ਪੁੱਛਿਆ ਗਿੱਛਿਆ ਨਹੀਂ ਮੁੜ ਕੇ। ਇਹ ਕਿਤੇ ਉਹਨੂੰ ਉਹ ਬੰਦੇ ਆਪ ਬਾਹਰ ਆਣ ਕੇ, ਇਹ ਬਜ਼ੁਰਗ ਕਿਤੇ ਆਉਂਦੇ ਸੀ ਕਿਤੇ ਚਾਹ ਚੂਹ ਪੀਂਦੇ ਸੀ, ਇਹਨਾਂ ਆ ਜਾਣਾ ਚਾਹ ਪੀਣ ਬਾਹਰ, ਇਹਨਾਂ ਨੇ ਦੇਖਿਆ ਇੱਦਾਂ, ਇਹਨਾਂ ਨੇ ਉਸੇ ਟਾਈਮ ਇਹਨੂੰ ਰੱਖ ਲਿਆ। ਇਹਨੇ ਬਥੇਰੀ ਜਾਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਡਰਾ ਧਮਕਾ ਕੇ ਰੱਖ ਲਿਆ, ਕਿਉਂਕਿ ਉਹ ਜ਼ਿਆਦਾ ਚੁਸਤ ਚਲਾਕ ਨਹੀਂ ਸੀ, ਬਾਣੀਆਂ ਪਰਿਵਾਰ 'ਚੋਂ ਇਹ ਬਜ਼ੁਰਗ ਆ, ਪਰ ਉਹਨਾਂ ਨੇ ਡਰਾ ਧਮਕਾ ਕੇ ਰੱਖ ਲਿਆ। ਬਸ ਸਾਰੀ ਜ਼ਿੰਦਗੀ ਇਸ ਬਜ਼ੁਰਗਾਂ ਦੀ ਇਸ ਟਾਲ 'ਤੇ ਗਾਲ ਦਿੱਤੀ। ਮੈਂ ਹੈਰਾਨ ਹਾਂ ਉਹਨਾਂ ਬੰਦਿਆਂ 'ਤੇ ਜਿਨ੍ਹਾਂ ਨੇ ਰੱਖਿਆ ਸੀ, ਆਪ ਉਹਦੇ ਔਲਾਦ ਨਹੀਂ ਹੋਈ। ਉਹ ਕਹਿੰਦਾ ਮੈਂ ਬਿਮਾਰ ਰਹਿੰਦਾ, ਆਪ ਔਲਾਦ ਨਹੀਂ ਉਹਦੇ ਹਜੇ ਤੱਕ ਵੀ ਔਲਾਦ ਨਹੀਂ ਹੋਈ ਉਸ ਬੰਦੇ ਦੇ। ਲੇਖਾ ਇੱਥੇ ਦੇ ਰਿਹਾ ਪਰ ਲੋਕ ਸਮਝਦੇ ਨਹੀਂ, ਲੋਕ ਨਹੀਂ ਸਮਝਦੇ, ਲੇਖਾ ਨਾਲੋਂ ਨਾਲ ਹੀ ਦੇ ਰਿਹਾ, ਨਾ ਔਲਾਦ ਔਲਾਦ ਨੂੰ ਤਰਸਦਾ ਰਿਹਾ ਬੰਦਾ ਉਹ ਇਹ ਜਿਹੜਾ ਬਜ਼ੁਰਗ ਆ ਜਿਹੜਾ ਜਿਹਨੇ ਰੱਖਿਆ। ਅਤੇ ਉਹ ਵਿਚਾਰਾ ਇਹ ਕਹਿੰਦਾ ਰਿਹਾ ਵੀ ਮੈਂ ਘਰ ਨੂੰ ਜਾਣਾ ਵਿੱਚ ਬੰਦਿਆਂ ਨੂੰ ਕਹਿੰਦਾ ਰਿਹਾ ਵੀ ਮੈਨੂੰ ਇਹਦੇ ਕੋਲੋਂ ਛੁੱਟੀ ਦਿਵਾਓ, ਜੇ ਮੈਂ ਤੋਂ ਛੁੱਟੀ ਮੰਗੀ ਇਹਨੇ ਮੈਨੂੰ ਦੇਣੀ ਨਹੀਂ, ਮੈਨੂੰ ਛੁੱਟੀ ਦਿਵਾਓ। ਇਹਨਾਂ ਬਜ਼ੁਰਗਾਂ ਤੋਂ ਟੋਕਰਾ ਨਹੀਂ ਚੱਕਿਆ ਜਾ ਰਿਹਾ, ਤੁਰ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਦੇ ਹਰਨੀਆਂ ਦੇ ਹੋਣ ਦੇ ਬਾਵਜੂਦ ਆਪਰੇਸ਼ਨ ਦੀ ਲੋੜ ਆ। ਹੁਣੇ ਅਸੀਂ ਚੈੱਕਅਪ ਕਰਵਾਇਆ, ਹੁਣ ਅਸੀਂ ਚੈੱਕਅਪ ਕਰਵਾ ਕੇ ਆ ਰਹੇ ਹਾਂ ਅਤੇ ਉਹਨਾਂ ਦੇ ਹਰਨੀਆਂ ਹੋਈਆਂ ਪਈਆਂ, ਆਪਰੇਸ਼ਨ ਹੋਣਾ, ਤੁਰ ਨਹੀਂ ਹੁੰਦਾ। ਪਰ ਉਹ ਬੰਦਾ ਇੱਦਾਂ ਹੀ ਬਸ ਇੱਦਾਂ ਹੀ ਚੁਕਾ ਰਿਹਾ, ਉਹਦੇ ਕੋਲੋਂ ਕੰਮ ਕਰਵਾ ਰਿਹਾ। ਉਹ ਮੇਰੇ ਆ ਮਾਲਕ, ਉਹ ਮੇਰੇ ਵਾਹਿਗੁਰੂ। ਹੈਰਾਨ ਮੈਂ ਇਹੋ ਜਿਹੇ ਲੋਕਾਂ 'ਤੇ, ਹਜੇ ਤੱਕਰ ਵੀਡੀਓ ਵੀ ਦੇਖਦੇ, ਸਭ ਕੁਛ ਕਰਦੇ, ਇਹ ਲੋਕ ਫਿਰ ਨਹੀਂ ਸਮਝਦੇ। ਕੀ ਅਸੀਂ ਕਰੀਏ ਜਦੋਂ ਅਸੀਂ ਇੱਦਾਂ ਦੇ ਲੋਕਾਂ ਦੇ ਨਾਲ ਜਦੋਂ ਆਪਾਂ ਜਾਂਦੇ ਹਾਂ ਦੇਖਦੇ ਹਾਂ, ਬੜਾ ਮਨ ਖਰਾਬ ਹੁੰਦਾ। ਅਸੀਂ ਬੜਾ ਦਿਲ 'ਤੇ ਪੱਥਰ ਰੱਖ ਕੇ ਇਹੋ ਜਿਹੀ ਕਾਰ ਵੀ ਪਾਉਂਦੇ ਹਾਂ ਵੀ ਪਰਮਾਤਮਾ ਨੇ ਚਲੋ ਅਸੀਂ ਜਿੰਨੇ ਜੋਗੇ ਹੈਗੇ ਸੇਵਾ ਬਖਸ਼ੀ ਆ ਇਹਨਾਂ ਨੂੰ, ਹੁਣ ਘਰ ਲੈ ਕੇ ਜਾ ਦੇ ਲੱਭਾਂਗੇ ਇਹਨਾਂ ਦਾ। ਧੁਰੀ ਦੱਸਦੇ ਆ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜਿਹੜੇ ਧੁਰੀ ਦੇ ਕੋਈ ਵੀਰ ਭਰਾ ਹੈਗੇ ਆ ਤਾਂ ਉਹ ਜ਼ਰੂਰ ਦੇਖ ਕੇ ਪਛਾਣਨ, ਜਿੰਨਾ ਕਿ ਦੱਸਦੇ ਆ ਇਹਨਾਂ ਦਾ ਪਰਿਵਾਰ ਲੱਭੀਏ ਅਤੇ ਇਹਨਾਂ ਨੂੰ ਘਰ ਪਹੁੰਚਦਾ ਕਰੀਏ। ਮੇਰੀ ਬੇਨਤੀ ਆ ਸਾਰੀ ਸੰਗਤ ਮੋਹਰੇ, ਸਾਡੇ ਕੋਲ 108 ਇਹੋ ਜਿਹੇ ਲਵਾਰ ਸਨਾਥ ਵੀਰ ਬਜ਼ੁਰਗ ਬੱਚੇ ਸਾਡੇ ਕੋਲ ਗੋਰਾਸਰਾ ਸੇਵਾ ਘਰ ਰਹਿ ਰਿਹਾ, ਤੁਹਾਡੀਆਂ ਸਾਰੇ ਵੀਰਾਂ ਦੀਆਂ ਅਰਦਾਸਾਂ ਬੇਨਤੀਆਂ ਦੇ ਨਾਲ ਇਹ ਸੇਵਾ ਘਰ ਚੱਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਝਾਓ ਕਿੱਥੇ ਕਰਕੇ ਆ, ਸਮਝਾਓ। ਹਾਂਜੀ ਜਗੀ ਭਾਈ ਖਾਲਸਾ ਫਤਿਹ ਜੀ, ਮੈਂ ਕਿਹਾ ਸਿਵਲ ਹੋਸਪਿਟਲ ਦੇ ਮੋਹਰੇ ਜਿਹੜਾ, ਹਾਂ ਹੈਗਾ ਆਨੰਦ ਟਾਲ ਹੈਗਾ, ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ।
ਬਹੁਤ ਮਾੜੀ ਹਾਲਤ ਆ ਭਾਜੀ ਦੇਖ ਆ ਇਹ ਆ ਦੇਖ ਹੈਗਾ ਪੰਜਾਬੀ ਆ ਕੱਪੜਿਆਂ ਦਾ ਹਾਲ ਦੇਖ ਬਜ਼ੁਰਗ ਹੋ ਗਿਆ ਬੜਾ ਕਰਤਾ ਭਾਜੀ ਚਲੋ ਆ ਜਾਓ ਆ ਜਾਓ ਹੈਲੋ ਪਹਿਲਾਂ ਦੇਖ ਲੈਣਾ ਇੱਥੇ ਹੈਗਾ ਠੀਕ ਠਾਕ ਚੜ੍ਹਦੀ ਕਲਾ ਵਾਹਿਗੁਰੂ 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 ਤੁਹਾਡਾ ਡਾਲ ਆ ਜੀ ਹਾਂਜੀ ਕਿੱਥੋਂ ਲਿਆਂਦੇ ਕਿੱਥੋਂ ਲਿਆਂਦੇ ਬਜ਼ੁਰਗ ਕਿੰਨਾ ਸਮਾਂ ਹੋ ਗਿਆ ਤੁਹਾਡੇ ਕੋਲ ਕਾਫੀ ਸਮਾਂ ਹੋ ਗਿਆ ਬਸ ਵਾਹਿਗੁਰੂ ਬੜੇ ਹਾਲ ਗਏ ਮੈਂ ਕਿਹਾ ਕੈਮ ਆ ਦੀਦਾ ਹੀ ਆ ਕੈਮ ਆ ਠੀਕ ਆ ਕੀ ਨਾਮ ਆ ਹੱਥ ਹੁੱਥ ਤਾਂ ਧਵਾ ਦਿਆ ਗੁਰੂ ਬੰਦਾ ਬੰਦਾ ਖਾਣ ਲੱਗੇ ਚਲੋ ਬੰਦਾ ਹੱਥ ਹੁੱਥ ਬੰਦੇ ਨੂੰ ਕਹਿ ਦੇ ਧਵਾ ਦੇ ਜਿੱਥੋਂ ਲਿਆਂਦਾ ਕਿੱਥੋਂ ਹੋਵੇਗਾ ਜੀ ਕਿੱਥੋਂ ਲਿਆਂਦਾ ਮੇਰੇ ਕੋਲ ਰਾਣੀ ਪਿੰਡੋਂ ਆਇਆ ਸੀ ਕਿਹੜੇ ਰਾਣੀ ਪਿੰਡ ਉੱਥੇ ਕਿਹਨੇ ਰੱਖਿਆ ਇਹ ਉੱਥੇ ਜੱਟਾਂ ਕੋਲ ਸੀ ਹਾਂ ਚੱਕੀ ਵਾਲਿਆ ਹਾਂ ਤੇ ਇਹਦਾ ਫਿਰ ਹੱਥ ਵੱਢਿਆ ਗਿਆ ਉੱਥੇ ਮਸ਼ੀਨ ਕਿੱਥੇ ਵੱਢਿਆ ਗਿਆ ਉਹ ਵੀ ਤੁਹਾਡੇ ਤੋਂ ਵੱਢਿਆ ਗਿਆ ਇੱਥੇ ਨਹੀਂ ਨਹੀਂ ਰਾਣੀ ਪਿੰਡ ਹਾਂ ਉਹ ਇੱਥੇ ਜਮਾਂ ਦਾਖਲ ਕਰਾ ਕੇ ਨਾ ਮੁੜ ਕੇ ਉਹਨਾਂ ਨੇ ਬਾਅਦ ਕਿੱਥੇ ਦਾਖਲ ਕਰਾਇਆ ਹੌਸਪੀਟਲ ਸਾਹਮਣੇ ਅੱਛਾ ਮੁੜ ਕੇ ਉਹਨਾਂ ਨੂੰ ਬਾਅਦ ਵੀ ਪੁੱਛੀਏ ਸਾਡੇ ਕੋਲ ਬਹਿੰਦਾ ਉੱਠਦਾ ਸੀ ਤੁਸੀਂ ਪਤਾ ਨਹੀਂ ਕਰਾਉਣ ਦੀ ਕੋਸ਼ਿਸ਼ ਕੀਤੀ ਘਰ ਘਰ ਇਹਦੇ ਜਿਹੜੇ ਸੀਗੇ ਉਹ ਮਾਂ ਪਿਓ ਦੇ ਮਰ ਗਏ ਸੀ ਪਤਾ ਕਰਾਇਆ ਘਰ ਤੁਸੀਂ ਗੱਲ ਨਹੀਂ ਸਮਝਦੇ ਮਾਂ ਪਿਓ ਮਰ ਗਏ ਸੀਗੇ ਉਹ ਉੱਥੋਂ ਰਾਣੀ ਪਿੰਡੋਂ ਜਿਹੜੀ ਨਾ ਉੱਥੇ ਨਰਸ ਲੱਗੀ ਸੀ ਰਜਿੰਦਰਾ ਹਸਪਤਾਲ ਉਹ ਲਿਆਈ ਸੀ ਇਹਨੂੰ ਵੀ ਚੱਲ ਤੇਰੇ ਕੋਲ ਕੋਈ ਹੈ ਨਹੀਂ ਤੇਰਾ ਕੋਈ ਤੇ ਚੱਲ ਸਾਡੇ ਕੋਲ ਸ਼ੱਕ ਪਈ ਅਰੇ ਇਹ ਰਾਣੀ ਪਿੰਡ ਇਹਦੀ ਕੀ ਰਿਸ਼ਤੇਦਾਰੀ ਰਾਣੀ ਪਿੰਡ ਨਰਸ ਲਿਆਈ ਸੀ ਉੱਥੋਂ ਦੀ ਰਜਿੰਦਰਾ ਹਸਪਤਾਲ ਲੱਗੀ ਸੀ ਅੱਛਾ ਉਹ ਲੈ ਆਈਗਾ ਕਿੰਨੀ ਕੁ ਉਮਰ ਸੀ ਉਦੋਂ ਜਦੋਂ ਲੈ ਕੇ ਆਂਦਾ ਤਗੜਾ ਸੀ ਅੱਛਾ ਕਿੰਨੇ ਸਾਲ ਹੋ ਗਏ ਤੁਹਾਡੇ ਤੋਂ ਮੈਨੂੰ ਉਮੀਦ ਨਹੀਂ ਉਮੀਦ ਨਹੀਂ ਹੈ ਕੋਈ ਕੀ ਕਰ ਕੀ ਦਿੰਦੇ ਇਹਨੂੰ ਇਹਦਾ ਇੰਨਾ ਚਿਰ ਹੋ ਗਿਆ ਤੁਹਾਡੇ ਤੋਂ ਕੀ ਕੁਛ ਸਾਡਾ ਹੀ ਭਰਾ ਹਾਂਜੀ ਸਾਡਾ ਹੀ ਭਰਾ ਜੋ ਅਸੀਂ ਖਾਈਏ ਜੋ ਅਸੀਂ ਪੀਏ ਅੱਛਾ ਜੀ ਠੀਕ ਹੈ ਤੇ ਤੁਸੀਂ ਇਹਦੇ ਘਰ ਬਾਰ ਜਾਣ ਦੀ ਕੋਸ਼ਿਸ਼ ਕੀਤੀ ਪਿੱਛੇ ਕੀ ਜਾਣਾ ਸੀ ਜਦੋਂ ਮਗਰ ਹੈ ਹੀ ਨਹੀਂ ਮਾਂ ਦੇ ਮਰ ਗਿਆ ਮਾਸੀ ਜਿਹੜੀ ਉਹਨੇ ਖੋ ਖਾਣੀਆ ਜੋ ਜੀ ਤੂੰ ਗਏ ਉਹਦਾ ਪੁੱਛ ਪੁੱਛਿਆ ਮੈਨੂੰ ਲੋੜ ਹੀ ਨਹੀਂ ਪਈ ਕਿਉਂਕਿ ਰਾਣੀ ਪਿੰਡ ਕਾਫੀ ਚੜਿਆ ਨਹੀਂ ਲੋੜ ਤਾਂ ਪਈ ਨਹੀਂ ਤੁਸੀਂ ਮੜਦੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਵੀ ਹਾਂ ਵੀ ਕਿ ਕੌਣ ਹੈਗਾ ਕਦੀ ਮਿਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਤੁਸੀਂ ਗੱਲ ਨਹੀਂ ਸਮਝਦੇ ਮੈਨੂੰ ਇਹਨੇ ਦੱਸਿਆ ਹੀ ਨਹੀਂ ਮੇਰੇ ਮਾਰੀ ਗਏ ਇਹਨੇ ਤੇ ਹੈ ਹੀ ਕੋਈ ਮੈਂ ਤੁਹਾਨੂੰ ਇੰਨੇ ਜਿਹੜਾ ਦੱਸਦਾ ਦੱਸਦਾ ਤੁਸੀਂ ਥੋੜ੍ਹਾ ਆਪ ਕੋਸ਼ਿਸ਼ ਕੀਤੀ ਜਾਣਗੇ ਨਾ ਮੈਨੂੰ ਲੋੜ ਹੀ ਨਹੀਂ ਪਈ ਕਿਉਂਕਿ ਮੇਰੇ ਕੋਲ ਠੀਕ ਆ ਉਹ ਤਾਂ ਆਪ ਦੱਸਦਾ ਮੇਰਾ ਭਰਾ ਹੈਗਾ ਆ ਪਤਾ ਤੁਹਾਨੂੰ ਗੱਲ ਦੱਸਦਾ ਮੇਰਾ ਭਰਾ ਹੈਗਾ ਧੂਰੀ ਲਾਗੇ ਆ ਧੂਰੀ ਲਾਗੇ ਪਿੰਡ ਆ ਤੁਹਾਨੂੰ ਪਤਾ ਇਹ ਦੱਸਦਾ ਵੀ ਮੇਰਾ ਪਿੰਡ ਹੈਗਾ ਸਾਰਾ ਕੁਛ ਮੇਰੇ ਘਰ ਮੈਨੂੰ ਜਾਣ ਨਹੀਂ ਦਿੰਦਾ ਸਭ ਕੁਛ ਦੱਸਦਾ ਪਰ ਉਹਨਾਂ ਕੋਈ ਜ਼ਿਆਦਾ ਚਿਰ ਰਿਹਾ
ਤਾਂ ਫਿਰ ਤੁਸੀਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਨਾ? ਮੈਂ ਤੇ ਇੱਥੋਂ ਹਸਪਤਾਲ ਹੀ ਲਿਆ। ਲੈ ਦੱਸ, ਲਿਆ ਸਾਰੀ ਜ਼ਿੰਦਗੀ ਹੋ ਕੇ ਤੁਹਾਨੂੰ ਕੰਮ ਕਰਾਉਂਦੇ ਆ ਨਾ, ਤੁਸੀਂ ਕਿੱਦਾਂ ਲਿਆ? ਗੱਲ ਨਹੀਂ ਸਮਝਦੇ ਕੰਮ ਕਰਾਉਂਦੇ ਭਰਾ ਭਰਾ, ਅਸੀਂ ਕਿਸੇ ਦਾ ਬੰਦਾ ਭਰਾ ਬਣਾ ਕੇ ਅਸੀਂ ਸਾਰੀ ਜ਼ਿੰਦਗੀ ਕੰਮ ਲੈ ਸਕਦੇ ਉਹਦੇ ਕੋਲ? ਮੇਰੀ ਗੱਲ ਨਹੀਂ ਸਮਝਦਾ, ਸਾਰੇ 'ਚ ਕੋਈ ਫਰਕ ਹੋਵੇ ਤਾਂ। ਗੋਹਾ ਦੇਖੋ, ਆਹ ਕੌਣ ਗੋਹਾ ਆਪਣਾ, ਕਿਹੜਾ ਭਰਾ ਇੱਦਾਂ ਸਟਾਉਂਦਾ? ਮੈਂ ਵੀਡੀਓ ਤੁਹਾਨੂੰ ਦਿਖਾਲਦੇ ਹਾਂ, ਆਹ ਕਿਹੜਾ ਬੰਦਾ ਕਹਿੰਦਾ ਵੀ ਮੇਰਾ ਭਰਾ ਇੱਦਾਂ, ਅਸੀਂ ਆਹ ਹਾਲਾਤ ਦੇ ਵਿੱਚ ਕੋਈ ਠੰਡ ਨਹੀਂ। ਇਹ ਪਤਾ ਕਿੱਦਣ ਦੀ ਵੀਡੀਓ? ਇਹ ਕੱਲ੍ਹ ਪਰਸੋਂ ਦੀ ਵੀਡੀਓ ਆ, ਜਿਹੜੀ ਆਹ ਹਾਲਾਤ ਦੇ ਵਿੱਚ ਹੁੰਦਾ ਉਧਰੋਂ ਪਿੰਡਾਂ ਪੈਣੇ ਬੁਰੇ ਹਾਲ ਆ। ਆਹ ਦੇਖੋ ਤਾਂ, ਆਹ ਕਿਹੜਾ ਭਰਾ ਇੱਦਾਂ, ਇਹ ਭਰਾ ਨੂੰ ਇੱਦਾਂ ਨਹੀਂ ਸਲਾਉਂਦੇ, ਭਾਦਾ ਭਰਾ ਨੂੰ ਇੱਦਾਂ ਨਹੀਂ ਸਲਾਉਂਦੇ ਆ। ਜਿਹੜੀ ਕਿੱਥੇ ਸੌਂਦਾ, ਇੱਥੇ ਸੌਂਦਾ? ਬਸ ਬਾਪੂ, ਕੰਮ ਕਰਾ ਕੇ ਬਿਸਤਰਾ ਰਜਾਈ ਨਹੀਂ ਜ਼ਰੂਰੀ ਹੁੰਦਾ, ਬਿਸਤਰਾ ਰਜਾਈ ਦਾ ਬਾਪੂ ਕੋਈ ਵੀ ਦੇਣ ਦਾ ਆ। ਬਿਸਤਰਾ ਰਜਾਈ ਦਾ ਲੋਕ ਮਰਿਆਂ ਦੇ ਭਾਸੇ ਵਿਆਹ 'ਚ ਛੱਡੀ ਜਾਂਦੇ ਆ, ਕੀ ਗੱਲ ਉੱਥੇ ਅਸੀਂ ਬੰਦਾ ਕੀ ਆ? ਮੈਂ ਜਿੱਥੇ ਵੀ ਰਖਾਇਆ ਨਾ, ਉਹਨੇ ਇਹਨੂੰ ਚੱਲਿਆ ਨੀ। ਕਿੱਥੇ ਰਖਾਇਆ ਤੁਸੀਂ? ਪਹਿਲਾਂ ਮੰਦਰ ਸੀ ਇੱਥੇ, ਮੈਂ ਕਿਹਾ ਚਲੋ ਰੋਟੀ ਪਾਣੀ ਖਾਂਦਾ, ਉਹ ਕੰਮ ਨਹੀਂ ਤੇ ਕੋਈ ਹੱਥ ਦੋਦਾ। ਉਹ ਕਹਿੰਦਾ ਮੈਨੂੰ ਇਹ ਕੰਮ ਮੇਰੇ ਕੋਲ ਨਹੀਂ ਤੇ ਮੇਰਾ ਹੱਥ ਦੋਦਾ, ਮੈਂ ਨਹੀਂ ਕਰ ਸਕਦਾ। ਮੈਂ ਸਾਡੇ ਕੋਲ ਆਇਆ। ਤੁਸੀਂ ਕਿਹੜਾ ਪਿੰਡ ਆ? ਹੈ ਤੁਹਾਡੇ ਘਰ 'ਚ ਕੌਣ ਕੌਣ ਆ? ਹੈ ਤਾਏ ਚਾਚੇ ਹੈਗੇ ਆ? ਮਾਂ ਪੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਇਆ ਨੂੰ? ਪਟਿਆਲੇ ਤੋਂ ਇਹ ਲੈ ਕੇ ਆਏ ਜਾ ਕੇ? ਨਰਸ ਲੈ ਕੇ ਆਈ? ਕੀ ਕਹਿ ਕੇ ਲੈ ਗਈ ਤੈਨੂੰ? ਗੁਮਰਾਹ ਕਰਕੇ ਲੈ ਆਈ ਤੈਨੂੰ? ਹੈ ਗੁਮਰਾਹ ਕਰਕੇ ਲੈ ਆਈ? ਤੇਰੀ ਮਾਂ ਮਰ ਗਈ ਸੀ ਤੇ ਗੁਮਰਾਹ ਕਰਕੇ ਲਈ ਤੈਨੂੰ? ਤੇ ਤੂੰ ਵੀ ਆ ਜਾ, ਤੈਨੂੰ ਉੱਥੇ ਰੱਖਦੀਆਂ ਦਿੰਨੇ ਵੀ ਆ, ਹੈਨਾ? ਤੈਨੂੰ ਨਰਸ ਨੇ ਪੈਸਾ ਦਿੱਤਾ ਕੋਈ? ਪੈਸਾ ਦਿੱਤਾ ਵੀ ਇਹ ਨਹੀਂ ਦਿੱਤਾ ਕਦੀ? ਘਬਰਾਓ ਨਾ, ਕੋਈ ਗੱਲ ਨਹੀਂ, ਘਬਰਾਉਣਾ ਨਹੀਂ ਕਿਸੇ ਗੱਲ ਤੋਂ, ਠੀਕ ਆ? ਹੁਣ ਆ ਗਏ ਅਸੀਂ ਵਧੀਆ ਜਗ੍ਹਾ 'ਚ, ਚੱਲ ਜਾਣਾ ਹੁਣ ਤੂੰ, ਠੀਕ ਆ ਨਾ? ਟੈਨਸ਼ਨ ਨਾ ਲੈ। ਤੁਹਾਡਾ ਕਿਹੜਾ ਪਿੰਡ ਆ? ਕਿੱਥੇ ਪਸ਼ੂ ਕਿੱਥੇ ਰੱਖੇ ਵਾ? ਕਿੰਨੇ ਪਸ਼ੂ ਆ? ਛੇ ਪਸ਼ੂ। ਗੋਹਾ ਵੀ ਇੱਥੇ ਸਿੱਟਦਾ? ਕਿੱਥੇ ਸਿੱਟਦਾ ਗੋਹਾ? ਗੋਹਾ ਇੱਧਰ ਸਿੱਟਦਾ, ਇੱਥੋਂ ਚੱਕ ਕੇ। ਇੱਕ ਤਾਂ ਹੱਥ ਨਹੀਂ ਹੈਗੇ, ਦੇਖੋ ਕਿੱਦਾਂ ਵਿਚਾਰਾ ਗੋਹਾ ਭਰਦਾ, ਹਨਾ? ਮੈਂ ਕਿਹਾ ਗੋਹਾ ਤੁਹਾਡੇ ਸਾਹਮਣੇ ਆ, ਵੀਡੀਓ ਬਣੀਆਂ ਆਪਣਾ, ਕਈ ਦਿਨ ਹੀ ਹੋ ਗਿਆ ਤੁਹਾਡੇ ਪਿੱਛੇ ਲੱਗਿਆ ਨੂੰ ਕਰਦੇ ਨੂੰ, ਚੰਗਾ ਨਹੀਂ ਕਰਨ ਡੇ। ਬਸ ਵਾਹਿਗੁਰੂ। ਹੈਂਡੀਕੈਪ ਹੁੰਦਾ, ਹੈਂਡੀਕੈਪ ਬੰਦਾ ਪਤਾ, ਪਿਆਰ ਨਾ ਤਦੀ ਉਹ ਵਿਚਾਰਾ ਕਹਿੰਦਾ ਮੈਨੂੰ ਜਾਣ ਨਹੀਂ ਦਿੰਦੇ, ਪਿਆਰ ਨਾਲ ਹੀ ਰੱਖਿਆ ਹੁੰਦਾ। ਬਜ਼ੁਰਗੋ ਝੂਠ ਨਾ ਬੋਲੋ, ਦੇਖੋ ਮੇਰੀ ਗੱਲ ਸੁਣੋ, ਝੂਠ ਬੋਲ ਕੇ ਨਹੀਂ ਸਰਨਾ। ਮੈਂ ਝੂਠ ਬੋਲ ਕੇ, ਮੈਂ ਕੋਈ ਧੱਕਾ ਥੋੜਾ ਕਰਨ ਦੇ ਆ, ਝੂਠ ਬੋਲ ਕੇ ਨਹੀਂ ਸਰਨਾ। ਮਾੜਾ ਪਤਾ ਨਹੀਂ ਘਰ ਛੱਡਣੇ, ਪਤਾ ਕਰਕੇ ਘਰ ਬੰਦਾ ਛੱਡ ਦਿੰਦਾ ਯਾਰ, ਪੰਜਾਬੀ ਨਾਲੇ ਬੰਦਾ। ਠੀਕ ਹੈ, ਘਬਰਾਉਣਾ ਨਹੀਂ ਕਿਸੇ ਗੱਲ ਤੋਂ, ਹੁਣ ਸਾਡੇ ਅਸੀਂ ਆ ਗਏ ਆਸ਼ਰਮ ਵਾਲੇ, ਠੀਕ ਹੈ? ਬਹੁਤ ਚਿਰ ਹੋ ਗਿਆ ਘਬਰਾਉਣਾ ਕਿਤੇ ਗੱਲ ਤੋਂ, ਕੋਈ ਗੱਲ ਨਹੀਂ ਹੈਗਾ, ਤੈਨੂੰ ਅਸੀਂ ਘਰ ਲੈ ਕੇ ਜਾਵਾਂਗੇ, ਉੱਥੇ ਘਰ ਪਹੁੰਚਾਵਾਂਗੇ ਤੇਰੇ, ਠੀਕ ਆ? ਮੈਂ ਛੱਡ ਕੇ ਆਊਂ, ਆਪ ਤੇਰੇ ਘਰ ਜਾਵਾਂਗੇ ਆਪਾਂ। ਤੂੰ ਮੜ ਜਾ ਹੁਣ ਧੂਰੀ ਤੋਂ, ਦੱਸ ਕੋਈ ਨਾਂ ਪਤਾ ਕੋਈ ਪਿੰਡ ਦਾ, ਧੂਰੀ ਖਾਸ ਹੀ ਆਪਣੇ ਤਾਏ ਚਾਚੇ ਦਾ ਨਾਮ ਬੋਲੀ ਕੀ ਆ? ਹੈ ਹੈ ਬੁੱਧ ਰਾਮ ਧੂਰੀ ਖਾਸ, ਕੋਈ ਮਹੱਲਾ ਮੁੱਲਾ ਕੋਈ? ਹੈ ਹਾਂ, ਮਲੇਰਕੋਟ ਵਾਲੀ ਸੜਕ ਹੈਗੀ, ਉਹਦੇ ਉੱਤੇ ਹੀ ਆ। ਤੇ ਮੈਂ ਘਰ ਦੇ, ਤੇਰੇ ਬਾਪ ਦਾ ਕੀ ਨਾਮ ਸੀ?
ਮਾਤਾ ਦਾ ਕੀ ਨਾਮ ਸੀ? ਰਕਸ਼ਾ ਦੇਵੀ। ਤੇ ਤੁਹਾਡੇ ਭਰਾ ਕਿੰਨੇ ਸੀ? ਕੱਲਾ ਹੀ ਆ? ਤੇ ਭੈਣ ਕੋਈ ਹੈ ਨੀ? ਬ੍ਰਿਜ ਲਾਲ। ਬ੍ਰਿਜ ਲਾਲ ਕਿਹੜੀ ਜਾਤ ਕਿਹੜੀ ਆ? ਬਾਣੀਏ। ਬਾਣੀਏ ਪਰਿਵਾਰ ਚੋਂ। ਨਾਮ ਕੀ ਤੁਹਾਡਾ? ਤੁਹਾਡਾ ਕੀ ਨਾਮ? ਜੈ ਪ੍ਰਕਾਸ਼ ਆ। ਵੈਸੇ ਰਾਮੂ ਪਾਤਾ ਇਹਨੂੰ। ਕਿੰਨੇ ਸਾਲ ਹੋ ਗਏ ਫਿਰ ਵੀ ਤੁਹਾਡੇ ਕੋਲ ਤਾਂ ਇੱਥੇ ਆਇਆ ਨੂੰ? ਜੈ ਪ੍ਰਕਾਸ਼ ਨਾਮ ਆ, ਨਾ ਪਾਤਾ ਗਿਆ ਰਾਮੂ। ਠੀਕ ਹੈ ਜੀ, ਆਪ ਹੀ ਇਹਨੇ ਰੱਖਿਆ ਮੈਂ। ਚਲੋ ਕੋਈ ਗੱਲ ਨਹੀਂ, ਹੈ ਨਾ ਗੱਲ। ਹਾਲਾਤ ਜਿਹੜੀ ਸਾਡੇ ਕੋਲ ਕਾਫੀ ਚਿਰ ਪਹਿਲਾਂ ਵੀ ਵੀਡੀਓ ਆਈ ਸੀ ਤੇ ਕਾਫੀ ਦਿਨਾਂ ਤੋਂ ਸਾਡੀ ਇਹ ਚੱਲ ਰਹੀ ਸੀ ਵੀ ਇਹ ਇੱਥੇ ਰੱਖ ਕੇ ਕੰਮ ਕਰਵਾਇਆ ਜਾ ਰਿਹਾ ਆ। ਇਹ ਬਾਪੂ ਜੀ ਹੁਣ ਜੋ ਮਰਜ਼ੀ ਕਹਿੰਦੇ ਫਿਰਨ। ਕਿੰਨੇ ਪਸ਼ੂ ਦੱਸੇ? 6। 6 ਪਸ਼ੂਆਂ ਦਾ ਗੋਹਾ, ਹੈਂਡੀਕੈਪ ਆ ਤੁਸੀਂ ਦੇਖ ਸਕਦੇ ਆ। ਉਂਗਲਾਂ ਵੀ ਨਹੀਂ ਆ, ਉਂਗਲਾਂ ਵੀ ਨਹੀਂ ਆ। ਆ ਜੈਕਟਾਂ ਦਾ ਹਾਲ ਤੇ ਕਹਿੰਦੇ ਅਸੀਂ ਭਰਾ ਬਣਾ ਕੇ ਰੱਖਿਆ। ਪੈਸੇ ਕਹਿੰਦੇ, ਮੈਂ ਜਦੋਂ ਪੁੱਛਿਆ ਪੈਸੇ ਕਹਿੰਦੇ ਇਸਦਾ ਭਰਾ ਬਣਾ ਕੇ ਰੱਖਿਆ। ਪੈਸਿਆਂ ਵਾਲੀ ਗੱਲ ਨਹੀਂ, ਭਰਾ ਬਣਾ ਲਿਆ। ਭਰਾ ਤਾਂ ਅਸੀਂ ਕਿਸੇ ਨੂੰ ਵੀ ਕੁਝ ਜਾਂਦਾ, ਕਿਸੇ ਦਾ ਪੁੱਤ ਫੜ ਕੇ ਕੀ ਅਸੀਂ ਭਰਾ ਬੇਟੇ ਬਣਾ ਕੇ ਉਹਨਾਂ ਤੋਂ ਕੰਮ ਲਈ ਜਾਵਾਂਗੇ ਆਪਾਂ? ਇੱਧਰ ਆਓ ਬਜ਼ੁਰਗ, ਇੱਥੇ ਖੜੋ ਭਾਜੀ। ਮੈਂ ਕੋਈ 2 ਦਿਨ ਹੀ ਵੇਚਦਾ, ਮੈਂ 3-4 ਗਾਈਆਂ 12 ਫੜੀਆਂ ਨੇ। ਹਾਂ 12 ਫੜ ਕੇ ਪੱਠੇ। ਚਲੋ ਬਹੁਤ ਵਧੀਆ ਗੱਲ ਆ, ਪਾਉਣੇ ਚਾਹੀਦੇ ਆ। ਪਰ ਗੱਲ ਪਤਾ ਕੀ ਆ, ਦੇਖੋ ਇੱਕ ਤਾਂ ਉਹਦੇ ਹੱਥ ਇੰਨੀ ਹੈਂਡੀਕੈਪ, ਤੁਸੀਂ ਕੰਮ ਕਿਵੇਂ ਲੈ ਸਕਦੇ ਹੋ? ਦੇਖੋ ਯਾਰ, ਗਾਲਾਂ ਮੈਂ ਲਵਾਂ, ਪੱਠੇ ਮੈਂ ਲਾਉਣਾ, ਪੱਠੇ ਮੈਂ ਦੇਣਾ, ਜਿਹੜੀਆਂ ਵੀਡੀਓ ਬਣ ਗਈਆਂ ਸਭ ਕੁਝ ਯਾਰ, ਜੋ ਮਰਜ਼ੀ ਕੰਮ ਕਰਦੇ ਨੇ। ਕਿਸੇ ਨੂੰ ਪੁੱਛ ਲਓ ਵੀ ਇਹਨਾਂ ਕੋਲ ਨਜਾਇਜ਼ ਹੁੰਦੀ ਆ? ਸੱਟ ਕਿੱਥੇ ਲੱਗੀ? ਪੈਰ ਸੁੱਜੇ ਹੋਇਆ, ਪੈਰ ਪੂਰਾ ਦੇਖਿਓ। ਵਾਹਿਗੁਰੂ ਜੈ ਪ੍ਰਕਾਸ਼, ਉੱਠ ਉੱਠ ਉੱਠ, ਆ ਜਾ ਮੇਰਾ ਵੀ ਧੁਰੀ ਧੁਰੀ ਦੇ, ਆ ਜਾ ਤੇਰਾ ਹੁਣ ਘਰ ਲੱਭਣਾ ਆਪਾਂ। ਆ ਦੇ ਸੰਗਤ ਲੱਭ ਕੇ ਦਊਗੀ ਘਰ, ਠੀਕ ਆ? ਆਪਾਂ ਜਾਣਾ ਘਰ, ਉੱਧਰ ਨਾ ਦੇਖ, ਉੱਧਰ ਨਾ ਘਬਰਾ ਨਾ, ਅਸੀਂ ਆ ਗਏ ਹਾਂ, ਠੀਕ ਆ? ਵਧੀਆ ਜਗ੍ਹਾ, ਤੇਰੇ ਘਰ ਛੱਡ ਕੇ ਆਉਣਾ ਤੈਨੂੰ, ਐਂ ਨਾ ਤੇਰੇ ਘਰ ਲੱਭ ਕੇ ਕੌਣ ਕੌਣ ਘਰ ਆ ਸਭ ਜਾ ਕੇ ਲੱਭ ਕੇ ਆਵਾਂਗੇ, ਠੀਕ ਆ? ਸਾਡੇ ਭਰਾ ਭੈਣ ਭਰਾ ਦੇਖ ਰਹੇ ਆ। ਜੈ ਪ੍ਰਕਾਸ਼ ਨਾਮ ਦੱਸਿਆ, ਆਪ ਦੱਸਿਆ ਰਾਮੂ, ਤੇ ਧੁਰੀ ਤੋਂ ਕਿਹੜਾ ਮਹੱਲਾ? ਮਲੇਰਕੋਟਲੇ ਰੋਡ ਤੇ, ਮਲੇਰਕੋਟਲੇ ਰੋਡ ਤੇ ਆ, ਮਲੇਰਕੋਟਲੇ ਰੋਡ ਦੇ ਉੱਪਰ ਇਹਨਾਂ ਦਾ ਘਰ ਦੱਸਦੇ ਆ। ਮਹੱਲਾ ਕਿਹੜਾ ਸੀਗਾ? ਵਾ ਮਲੇਰਕੋਟਲੇ ਦੇ ਜਿਹੜਾ ਧੁਰੀ ਦੇ ਵਿੱਚ ਜਿਹੜੇ ਕੋਈ ਉਧਰਲੇ ਕੋਈ ਸਾਡੇ ਵੀਰ ਹੈਗੇ ਆ, ਸਾਡੀ ਹੈਲਪ ਕਰੋ। ਆਪਾਂ ਕੋਈ ਲੱਭ ਕੇ ਕੋਈ ਪਤਾ ਨਹੀਂ, ਉਹ ਬਹੁਤ ਚਿਰ ਹੋ ਗਿਆ ਸਮਾਂ। ਫਿਰ ਵੀ ਤੁਹਾਡੇ ਕੋਲ ਅੰਦਾਜ਼ਾ ਕਿੰਨਾ ਸਮਾਂ?
ਬਾਪੂ ਹੋਣਾ ਕੋਈ ਆ ਗਿਆ ਵਿਚਾਰਾ। ਅੱਛਾ ਜੀ, ਰਾਣੀ ਪਿੰਡ ਕੌਣ ਹੁੰਦੇ ਸੀ ਜਿਹੜੇ ਲੈ ਕੇ? ਇਹ ਉੱਥੇ ਹੁੰਦੇ ਸੀ, ਉੱਥੇ ਤਾਂ ਸਰਪੰਚ ਹੁੰਦਾ ਸੀ ਪਹਿਲਾਂ। ਉਹ ਕਿਉਂ ਲੈ ਆਈ, ਕਿੱਦਾਂ ਵਾ ਉਹ ਕੰਮ ਨੂੰ ਲੈ ਕੇ ਆਈ ਉੱਥੋਂ? ਕੰਮ ਨੂੰ ਕਿਤੇ ਲੈ ਕੇ ਆਏ ਵਿਚਾਰੇ ਨੇ। ਅੱਛਾ, ਹੱਥ ਉੱਥੇ ਵੱਢ ਹੋ ਗਿਆ? ਇਹ ਤਾਂ ਉੱਥੇ ਵੱਢਿਆ ਗਿਆ, ਅਸੀਂ ਵੀ ਛੋਟੇ ਛੋਟੇ ਹੁੰਦੇ ਜਦੋਂ, ਉਦੋਂ ਦਾ ਹੱਥ ਵੱਢਿਆ ਗਿਆ ਇਹਦਾ। ਸਾਨੂੰ ਇੰਨਾ ਪਤਾ ਯਾਦ ਆ, ਮੈਂ ਇਹਨੂੰ ਮਿਲ ਕੇ ਵੀ ਕਈ ਨੀ ਜਾਂਦਾ ਹੁਣ ਇੱਥੇ। ਇਹਨੂੰ ਇਹਦਾ ਨਾਂ ਉੱਥੇ ਉਹਨਾਂ ਦੇ ਘਰ ਦੇ ਤੇ ਹੈਗੇ। ਇਹ ਤਾਂ ਘਰ ਨੂੰ ਜਾਣਾ ਚਾਹੁੰਦਾ ਆ, ਕਹਿੰਦਾ ਮੈਨੂੰ ਘਰ ਪਹੁੰਚਾਓ ਸਾਨੂੰ, ਸਾਡੇ ਵੀਰਾਂ ਨੂੰ। ਨਾ ਤਾਂ ਇਹ ਦੱਸਣ ਡਏ ਆ ਵੀ ਤੁਹਾਨੂੰ ਤੁਹਾਨੂੰ ਜਦੋਂ ਕਹਿੰਦਾ ਘਰ ਪਹੁੰਚਾਓ, ਲੱਭਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਮੇਰੇ ਮਾਂ ਪੇ ਮਰ ਗਏ ਆ, ਮਾਸੀ ਨੇ ਮੇਰਾ ਸਭ ਕੁਝ ਖੋ ਲਿਆ ਹੈਗਾ। ਪਰ ਮੈਂ ਕੀ ਇਨਸਾਨੀਅਤ ਨਾਤੇ ਹੀ ਬੰਦਾ ਪੁੱਛ ਲੈ ਗਿਆ ਯਾਰ, ਜੇ ਇਨਸਾਨੀਅਤ ਨਾਤੇ ਜਦ ਉਹ ਕਹਿੰਦਾ ਹੈ ਹੀ ਨਹੀਂ ਮੇਰੇ, ਉਹਦੇ ਕਹਿਣ ਨਾਲ ਥੋੜਾ ਕੋ ਮਤਲਬ। ਪਹਿਲਾਂ ਮੈਂ ਲਿਆ ਰਾਣੀ ਪੁੱਛਣ ਦੀ ਕੀ ਲੋੜ, ਨੌਕਰੀ ਅਸੀਂ ਇਹਨੂੰ ਆਪਣੇ ਤੋਂ ਉੱਤੇ ਰੱਖਿਆ। ਮੈਂ ਕਿਹਾ ਵਧੀਆ ਗੱਲ ਆ, ਮੈਂ ਤਾਂ ਵੀਰਾ ਹੀ ਆ ਰੱਖਿਆ, ਵੀਰਾ ਹੀ ਆ। ਇਹ ਤਾਂ ਪਾਸੇ ਰਹਿ ਗਿਆ, ਮੈਂ ਕੋਈ ਨਾ ਕੋਈ ਡੰਗਰ ਵਾਰਾ ਬੰਨ ਛੱਡਦਾ, ਵੀਰਾ ਹੀ ਆ ਉੱਪਰ ਰੱਖਿਆ ਕਰ ਛੱਡਦੇ ਆ। ਚਲ ਆ ਜਾਓ ਜੈ ਪ੍ਰਕਾਸ਼ ਜੀ, ਆ ਜਾਓ ਪ੍ਰੇਸ਼ਨ ਹੋਣੇ ਵਾਲਾ ਹਨਾ। ਜਵਾਬ ਮੈਨੂੰ ਦੀਦਾ ਨਲਾਂ ਚ ਲੱਗਦਾ ਮੈਨੂੰ ਪ੍ਰੇਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਭਾਈ ਗੋਬਿੰਦ ਸਿੰਘ ਤਲਵੰਡੀ ਦੇ ਕੋਲ ਪੱਤਰ ਮਾਰਿਆ। ਬਜ਼ੁਰਗ ਹਰਨੀਆਂ ਮਾੜਾ ਕੰਮ ਨੂੰ ਦੇ ਦੋ ਭਾਜੀ, ਬਹੁਤ ਅਪਰੇਟ ਹੋਣੇ ਵਾਲਾ। ਮੈਂ ਭਰਾ ਆ, ਕਿਹੜਾ ਕੋਈ ਭਰਾ ਮੈਂਬਰ ਹੋਵੇ ਐਵੇਂ ਨੀ ਕਰ ਰੱਖਦਾ, ਐਵੇਂ ਨੀ ਰੱਖਦਾ। ਮਹੀਨੇ ਦੇ ਮੈਨੂੰ ਚਲੋ ਚਲੋ ਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਮੇਰਾ ਵੱਡਾ ਭਰਾ ਦਵਿੰਦਰ ਸਿੰਘ ਮੂਨ ਖੜੇ ਆ, ਇਹ ਬਜ਼ੁਰਗ ਰਾਮੂ ਜੈ ਪ੍ਰਕਾਸ਼ ਨਾਂ ਦੱਸਦੇ, ਜੈ ਪ੍ਰਕਾਸ਼ ਆਪਣਾ ਨਾਮ ਦੱਸਿਆ। ਹਾਲਾਤ ਕੋਈ ਸਹੀ ਨਹੀਂ ਹੈਗੇ, ਇਹ ਕੱਲ ਦੀ ਵੀਡੀਓ ਇੱਕ ਲਾਵਾਂਗੇ ਜ਼ਰੂਰ ਦੇਖਿਓ, ਜਿਹੜੀ ਕੱਲ ਦੀ ਟੋਕਰਾ ਫੜ ਕੇ ਆਹ ਹਾਲਾਤ 'ਚ ਪਹਿਲੇ ਹਾਲਾਤ ਜਿਹੜੇ ਬਣੇ ਪਏ ਸਾਰਾ ਸੁੱਕਾ ਪਿਆ, ਤੇ ਮੈਂ ਉਹ ਤੁਹਾਨੂੰ ਦਿਖਾ ਨਹੀਂ ਸਕਦੇ ਸੀ, ਜੋ ਉਹਨਾਂ ਦੀ ਬਾਥਰੂਮ ਵਾਲੀ ਜਗ੍ਹਾ ਸਾਰੀ ਜਿਹੜੀ ਉਹ ਖਰਾਬ ਆ, ਪਰੇਟ ਇਲਾਜ ਦੀ ਲੋੜ ਆ। ਪਰ ਇਸ ਹਾਲਾਤ ਦੇ ਵਿੱਚ ਵੀ ਉਹ ਕੰਮ ਕਰਦੇ ਸੀ, ਇਸ ਹਾਲਾਤ ਦੇ ਵਿੱਚ ਵੀ, ਨਾਲੇ ਆ ਉਮਰ ਦੇ ਵਿੱਚ ਟੋਕਰਾ ਨਹੀਂ ਸੀ ਚੱਕ ਹੁੰਦਾ, ਕਿਵੇਂ ਚੱਕ ਚੱਕ ਕੇ ਜਾ ਕੇ ਗੋਹਾ ਛਿਆਂ ਪਸ਼ੂਆਂ ਦਾ ਸਿੱਟਦੇ ਆ, ਸਾਰਾ ਕੰਮ ਟਾਲਦਾ ਇਹ ਬਜ਼ੁਰਗ ਕਰਦੇ ਆ। ਹਾਲਾਤ ਦੇਖਣ ਨੂੰ ਰੂਹ ਕੰਬ ਗਈ, ਜਿਹੜੇ ਵੀਰਾਂ ਨੇ ਸਾਨੂੰ ਵੀ ਫੋਨ ਕਰਕੇ ਦੱਸਿਆ ਨਾ, ਉਹ ਵੀ ਇੱਕ ਵਾਰੀ ਕੰਬ ਗਿਆ ਵੀ ਯਾਰ ਭਾਜੀ ਇਹਨੂੰ ਛੁਡਾਓ, ਕਿਸ ਤਰ੍ਹਾਂ ਕਰਾਓ, ਖੜ ਵੀ ਨਹੀਂ ਹੁੰਦਾ, ਅਤੇ ਆਹ ਹਾਲਾਤ ਦੇ ਵਿੱਚ ਕੰਮ ਲਿਆ ਜਾ ਰਿਹਾ। ਫਿਰ ਕਹਿੰਦੇ ਅਸੀਂ ਭਰਾ ਬਣਾ ਕੇ ਕੰਮ ਕੀਤਾ, ਕੀ ਕੀ ਕਰੀਏ ਯਾਰ।
ਉਹ ਯਾਰ ਮੈਨੂੰ ਤੇਰੇ ਨਾਲ ਥੋੜ੍ਹਾ ਕੋਈ ਮਤਲਬ ਆ ਬਾਪੂ, ਐਵੇਂ ਹੁਣ ਤੂੰ ਸਾਨਾ ਬਹਿਸ ਬਸਾਈਆ ਕਰੀ ਜਾ ਨਾ, ਤੇਰੇ ਨਾਲ ਤੂੰ ਬਿਮਾਰ ਹੋ ਬੱਕਰੀ ਗੱਲ, ਤੂੰ ਥੋੜ੍ਹਾ ਟੋਕਰਾ ਚੱਕ ਕੇ ਪਸ਼ੂਆਂ ਨੂੰ ਫਰਜ਼ ਬਣਦਾ ਦਿਖਾ ਲਓ, ਉਹਨੂੰ ਹਸਪਤਾਲ ਹੋਸਪਿਟਲ ਹੀ ਲੈ ਜਾਂਦਾ ਸਿਵਲ 'ਚ, ਦਿਖਾ ਲਿਆ ਕਿਸੇ ਨੂੰ ਗਲਤ ਕੰਮ, ਮੁੜ ਕੇ ਕਹਿਤਾ ਜਾਣ ਲਾਤਾ ਗਲਤ ਕੰਮ, ਇਨਸਾਨੀਅਤ ਵੀ ਬੰਦੇ 'ਚ ਇੱਕ ਚੀਜ਼ ਹੁੰਦੀ ਨਾ ਦੀ। ਚਲੋ ਜੀ ਯਾਰ ਓਨੀ ਹਾਲ ਇਹਨਾਂ ਦੇ, ਤੋਰ ਹੁੰਦਾ ਨਹੀਂ ਉਹ, ਤੂੰ ਗੱਲਾਂ ਮਾਰ ਕੇ ਦੱਸਣ ਡਿਆ ਸਾਨੂੰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਵੀਰ ਮਨਜੋਤ ਸਿੰਘ ਤਲਵੰਡੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਦੇ ਵਾਹਿਗੁਰੂ ਦੀ ਬੜੀ ਬਖਸ਼ਿਸ਼ ਆ। ਪਤਾ ਨਹੀਂ ਕਿੱਦਾਂ ਦੇ ਇੱਦਾਂ ਦੇ ਵੀਰ, ਕਿੰਨੇ ਕੁ ਮੇਰੇ ਵੀਰ ਨੇ ਛੜਾ ਕੇ ਲੋਕਾਂ ਤੋਂ ਘਰੀ ਭੇਜੇ ਆ। ਅੱਜ ਵੀ ਇਹ ਟਾਲ ਤੋਂ ਵੀਰ ਸਾਡਾ ਫੜਿਆ, ਮੇਰੇ ਵੀਰ ਨੂੰ ਅੱਜ ਟੈਲੀਫੋਨ ਗਿਆ ਸੀ ਨਾਲ, ਪਤਾ ਲੱਗਿਆ ਉੱਧਰ ਲੈ, ਚਲੋ ਟੈਲੀਫੋਨ ਗਿਆ ਤੇ ਨਾਲ ਵੀਡੀਓ ਦੇਖੀ। ਮੈਂ ਕਹਿੰਦਾ ਹੈਂ ਪੈਸੇ ਵੀ ਲੈਣੇ, ਹਾਏ ਹਾਏ ਹਾਏ, ਕਹਿੰਦਾ ਪੈਸੇ ਵੀ ਲੈਣੇ ਆ, ਕਿੰਨੇ ਪੈਸੇ ਆ ਹੈਂ, ਪੈਸੇ ਤਾਂ ਦੇ ਦੇ ਪੈਸੇ ਆ ਹੈਂ, ਜਿਹੜੇ ਮੇਰੇ ਪੈਨਸ਼ਨ ਦੇ ਪੈਸੇ ਉਹ ਵੀ ਇਹਦੇ ਕੋਲ ਆ। ਬਾ ਗੱਲ ਤਾਂ ਸੁਣੋ ਭਾਜੀ, ਉਹ ਕਹਿੰਦਾ ਮੇਰੀ ਪੈਨਸ਼ਨ ਦੇ ਪੈਸੇ ਉਦੋਂ ਉਹਨੇ ਕੀ ਦੇਣੇ। ਅੱਛਾ ਕਿੰਨੀ ਪੈਨਸ਼ਨ ਲਵਾਈ ਇਹਨੇ? ਲਵਾਈ ਸੀ ਵੀ ਉਹ ਟੁੱਟ ਗਈ ਆ। ਹਾਂ 1500 ਰੁਪਏ ਲੱਗਿਆ ਹੋਣਾ, 1500 ਰੁਪਏ ਉਹ ਵੀ ਇਹਦੇ ਕੋਲ ਆ। ਨਹੀਂ ਜਿਹੜੀ ਪਿਛਲੀ ਮਿਲਦੀ ਸੀ ਨਾ ਉਹ ਟੁੱਟ ਗਈ ਸੀਗੀ, ਉਹ ਪੈਸੇ ਸਾਰੇ ਇਹਦੇ ਕੋਲ ਹੀ ਆ। ਨਹੀਂ ਇਹਦੇ ਕੋਲ ਨਹੀਂ, ਬੈਂਕ 'ਚ ਨਹੀਂ, ਇਹਦੇ ਕੋਲ ਹੀ ਆ। ਫਿਰ ਬੈਂਕ 'ਚ ਕਾਪੀ ਕਿਹਦੇ ਕੋਲ ਆ? ਇਹਦੇ ਕੋਲ ਹੀ ਆ ਬਾਪੀ। ਹੋਰ ਕਾਪੀ ਲੈ ਲੈਣ, ਦੇ ਕਾਪੀ ਜਾ ਲਿਆ, ਉਹ ਲੈਨੇ ਆ ਨਾਲੇ ਲਿਖਤੀ ਰੂਪ 'ਚ ਵੀ ਲੈਣਾ ਉਹਦੇ ਕੋਲ, ਇਹਦੇ ਕੋਲ ਉਹ ਲਿਆਓ, ਲਿਆਓ ਐਂਬੂਲੈਂਸ, ਐਂਬੂਲੈਂਸ ਦੇ ਵਿੱਚ ਲਿਆਓ ਲੈਟਰ ਹੈਡ। ਅੱਧੂ ਗਈ ਯਾਰ, ਘਰ ਨੂੰ ਜਾਣ ਨੂੰ ਤੂੰ ਜਦੋਂ ਕਹਿੰਦਾ ਸੀ ਜਾਣ ਨੂੰ, ਕਹਿੰਦਾ ਨਹੀਂ ਸੀ ਨਹੀਂ ਜਾਣਾ? ਨਹੀਂ ਨਹੀਂ ਤਾਂ ਨਹੀਂ, ਮੈਨੂੰ ਕਿਹਾ ਕੁਛ ਹੋਰ ਵੀ ਨਹੀਂ ਕਿਹਾ, ਜਾਣ ਨੂੰ ਨਹੀਂ ਕਿਹਾ ਕਦੀ ਵੀ, ਭੇਜਦੇ ਨਹੀਂ ਸੀ ਘਰ ਨੂੰ। ਤੇਰੇ ਦਰਦ ਤਾਂ ਬਹੁਤ ਹੁੰਦੀ ਹੈ, ਦਰਦ ਕਦੇ ਕਦੇ ਹੁੰਦਾ। ਅੱਛਾ ਬਹੁਤ ਕਹਿੰਦਾ ਵੀ ਮੇਰਾ ਇਲਾਜ ਕਰਾ, ਕਿਹਾ ਕੀ ਕਹਿੰਦਾ ਵੇ? ਉਹ ਕਹਿੰਦੇ ਹੈ ਕੀ ਕਹਿੰਦਾ? ਕਹਿੰਦਾ ਨਹੀਂ, ਘੱਟੋ-ਘੱਟ 25 ਸਾਲ ਹੋ ਗਏ ਹੁਣ ਇਹਨੂੰ ਇੱਥੇ ਆਏ। ਹਾਂ ਨਹੀਂ, ਜਦੋਂ ਤੂੰ ਇਲਾਜ ਕਰਾਉਣ ਨੂੰ ਕਿਹਾ ਮੇਰੇ ਦਰਦ ਹੁੰਦੀ ਇਲਾਜ ਕਰਾਵਾ, ਕੀ ਕਹਿੰਦਾ? ਉਹ ਤਾਂ ਇੱਕ ਦਿਨ ਮੈਂ ਦੱਸ ਕਿਹਾ ਸੀਗਾ, ਤੇ ਉਹ ਕਹਿੰਦੇ ਕਿਹੜੇ ਨਹੀਂ ਹਟ ਜਾਣੀ, ਕੋਈ ਗੋਲੀ ਨਹੀਂ ਦਿੱਤੀ, ਕੋਈ ਕੁਛ ਨਹੀਂ ਦਿੱਤਾ। ਵਾਹਿਗੁਰੂ ਕੀ ਯਾਰ ਇਹੋ ਜਿਹੇ ਲੋਕਾਂ ਦਾ ਕਰੀ ਹੈਂ, ਦੱਸਦੇ ਲੋਕ ਭਾਜੀ ਦਵਿੰਦਰ ਭਾਜੀ ਮੁੱਢ ਹਸਪਤਾਲ ਹੋ ਕੇ ਵੀ ਇਲਾਜ ਨਹੀਂ ਕਰਾ ਸਕੇ, ਇਹਨੇ ਬੰਦੇ ਨੇ ਕੀ ਕਰਨਾ ਹੋਰ ਦੱਸ ਹੈਂ। ਆਹ ਹੁਣ ਉਧਰੋਂ ਆਣ ਕੇ ਬੋਲਦਾ, ਉਹ ਪੂਰਾ ਉਧਰੋਂ ਆਣ ਕੇ ਬੋਲਦਾ, ਹੁਣ ਵਿਚਾਰਾ ਡਰਦਾ ਬੋਲਦਾ ਨਹੀਂ ਸੀ। ਅੰਦਰ ਕਦੀ ਹੋਰ ਵੀ ਗੱਲਾਂ ਇਹਨੇ ਕਰਨੀਆਂ ਹੁੰਦੀਆਂ ਕਈ, ਬਹੁਤ ਚਿਰ ਦਾ ਭਾਜੀ ਗਾਲਾਂ ਬਹੁਤ ਕੱਢਦਾ ਸੀ ਇਹਨੂੰ, ਹੈਂ ਗਾਲਾਂ ਬਹੁਤ ਕੱਢਦਾ ਸੀ ਮਾਜੀ, ਕੁੱਟਮਾਰ ਵੀ ਕਰਦਾ ਸੀ ਨਾ, ਕੁੱਟਮਾਰ ਕਰਦਾ ਸੀ ਨਾ, ਆ ਦੇ ਭਾਈ ਗਾਲਾਂ ਬਹੁਤ ਕੱਢਦਾ ਸੀ, ਕੁੱਟਮਾਰ ਪੂਰੀ ਭਾਜੀ ਹੁੰਦੀ ਰਹੀ, ਕੁੱਟਮਾਰ ਸਭ ਕੁਝ ਹੁੰਦੀ ਰਹੀ, ਜਵਾਨੀ ਸੀ ਇਹਨੂੰ ਗਾਲਾਂ ਬਹੁਤ ਕੱਢਦਾ ਹੁੰਦਾ ਸੀ। ਮੈਂ ਭਾਜੀ ਸਾਰੀ ਕੁਝ ਜਿਹੜੇ ਬੰਦਿਆਂ ਨੇ ਸਾਨੂੰ ਦੱਸਿਆ, ਕੁੱਟਮਾਰ ਸਾਰਾ ਕੁਝ ਇਸ ਬੰਦੇ ਹੁੰਦੀ ਰਹੀ। ਵਿਚਾਰਾ ਹੁਣ ਇੱਥੇ ਬੁੱਢਾ ਹੋ ਗਿਆ, ਨਹੀਂ ਤਾਂ ਇਹ ਮਾਲੇ ਬੰਦਾ ਹੀ ਬੜਾ ਵਧੀਆ ਹੈਗਾ ਜੀ, 2-4 ਸਾਲ ਹੁਣ ਤਾਂ ਬੰਦਾ ਗਿਆ ਤਾਂ 5 ਸਾਲ ਉਹਨੂੰ ਚਾਰ ਕਰੋ, ਉਹਨੂੰ ਦੱਸਿਆ ਨਹੀਂ ਕੁਛ, ਉਹਦਾ ਐਡਮਿਟ ਕਰਵਾਓ। ਵਾਹਿਗੁਰੂ ਹੌਲੀ 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 ਬਹਿ ਜਾਓ, ਲੰਮੇ ਪੈ ਜਾਓ, ਕੰਬਲ ਲੈ ਲਓ,
ਚਲੋ ਲੰਘ ਲਓ ਗੱਡੀਆਂ ਲੰਘ ਲਓ ਆ ਜਾਓ ਮਰ ਗਿਆ ਤੇ ਥਾਣੇ ਆ ਜਾ ਗੱਲ ਕਰੀਏ ਹੈ ਕਾਪੀ ਕਿੱਥੇ ਆ ਉਹਦੀ ਕਾਪੀ ਲੱਭ ਕੇ ਨਾ ਆਵੇ ਮੈਨੂੰ ਕੀ ਪਤਾ ਲੈ ਕਿੱਦਾਂ ਨਹੀਂ ਪਤਾ ਉਹ ਤਾਂ ਵਿਚਾਰਾ ਕਹਿਣ ਦਿਆ ਮੈਨੂੰ ਕਾਪੀ ਮੇਰੇ ਤੁਹਾਡੇ ਕੋਲ ਇਹ ਕੀ ਗੱਲ ਹੋਈ ਜੇ ਤੁਹਾਨੂੰ ਅਸੀਂ ਕਿਹਾ ਕੁਛ ਨੇ ਤੁਸੀਂ ਇਤਨਾ ਚੱਲਦੇ ਸਾਡੇ ਨਾਲ ਹੁਣ ਮੈਨੂੰ ਪਤਾ ਹੋਵੇ ਕਿੱਥੇ ਰੱਖੀ ਕਿੱਥੇ ਨਹੀਂ ਲੈ ਕਿੱਥੇ ਆ ਉਹਨੇ ਸਾਰਾ ਕਹਿ ਕਹਿੰਦਾ ਕਾਪੀ ਇਹਦੇ ਕੋਲ ਅਸੀਂ ਕੁਛ ਨਹੀਂ ਪਰ ਉਹਦੀ ਜਿਹੜੀ ਪੈਨਸ਼ਨ ਤੱਕ ਵੀ ਨਹੀਂ ਤੁਸੀਂ ਲੱਗੀ ਦੇਣਾ ਮਹਾਰਾਜ ਲਵਾਈ ਨਹੀਂ ਉਹ ਕਹਿੰਦਾ ਪੈਨਸ਼ਨ ਹੈਗੀ ਪਹਿਲਾਂ ਜਿਹੜੀ ਲੱਗੀ ਆ ਉਹੀ ਲੱਗੀ ਸੀ ਉਹਨਾਂ ਕੱਟ ਪੀ ਮੁੜ ਕੇ ਕਹਿੰਦੇ ਨਹੀਂ ਲੱਗ ਸਕਦੀ ਕਾਪੀ ਤੇ ਕੋਈ ਹੈਗਾ ਹੀ ਹੋਊਗਾ ਕਿ ਕਿੱਥੇ ਗਏ ਉਹਦੇ ਪੈਸੇ ਉਹਦੇ ਉਹ ਵਿਚਾਰਾ ਕਹਿਣ ਦਿਆ ਪੈਸੇ ਜਿਹੜੇ ਮੇਰੇ ਜਾਂਦਿਆਂ ਨੂੰ ਕਹਿੰਦਾ ਕਹਿੰਦਾ ਪੈਸੇ ਮੇਰੇ ਅਗਲੇ ਨੂੰ ਉਹ ਤਾਂ ਤੁਹਾਨੂੰ ਕੀ ਦੇਣੇ ਤੁਸੀਂ ਤਾਂ ਤੂੰ ਕੀ ਲੈਣਾ ਪਰ ਜਿਹੜੀ ਉਹਦੇ ਹੈਗੀ ਉਹਦੀ ਤਾਂ ਦੋ ਮੈਂ ਜਿਹੜੀ ਗੱਲ ਕਰਦਾ ਉਹਦੀ ਜੋ ਵੀ ਹੋਊ ਪਾਈ ਪਾਈ ਦਿੱਤਾ ਜਾਊਗਾ ਉਹ ਕਾਪੀ ਤੇ ਦੇਖ ਲੈਨੇ ਆ ਕਾਪੀ ਮੈਨੂੰ ਇਹ ਲੱਭਣੀ ਪੈਣੀ ਹੈ ਮੈਨੂੰ ਲੈ ਠੀਕ ਹੈ ਬਹੁਤ ਬਸ ਲਓ ਥਾਣੇ ਲਿਖ ਕੇ ਯਾਰ ਇਹ ਤਾਂ ਗੱਲ ਹੀ ਨਹੀਂ ਜਾ ਰਹੇ ਦਾ ਮੈਂ ਤਾਂ ਕਿਹਾ ਚੱਲ ਕੀ ਕਰਾਂ ਕਰਦਾ ਨਹੀਂ ਬੰਦੇ ਗੱਲ ਲਓ ਲਿਖ ਕੇ ਦੋ ਬੁਰਾ ਹਰਜਾਨਾ ਭਾਜੀ ਇਹਦੇ ਘਰਦਿਆਂ ਦਾ ਹਰਜਾਨਾ ਪਾਉਣਾ ਇਹਦੇ ਪਾਉਣਾ ਹਰਜਾਨਾ ਪਾਉਣਾ ਨਹੀਂ ਪਾਉਣਾ ਹਰਜਾਨਾ ਮੈਂ ਇੰਨੇ ਸਾਲ ਕੰਮ ਕਰਵਾ ਕੇ ਨਾ ਮੈਂ ਪਾਉਣਾ ਕੱਲੀ ਕੱਲੀ ਚੀਜ਼ ਦਾ ਮਹੀਨੇ ਦੇ ਹਿਸਾਬ ਨਾਲ ਲਾਉਂ ਤੇਰੇ ਕੋਲ ਦੇਖੀ ਮੈਂ ਕਰਨਾ ਪਿਆਰ ਨਾਲ ਮੈਂ ਬੋਲੀ ਜਾਣਾ ਤੂੰ ਯਾਰ ਜਿਹੜੀ ਆ ਜੇ ਤੂੰ ਕਾਪੀ ਪਿਆਰ ਨਾਲ ਦੇਣ ਦੇ ਨਾ ਤਾਂ ਕੋਈ ਏਡੀ ਗੱਲ ਨਹੀਂ ਸੀ ਹੋਣੀ ਦਸ ਕਾਪੀ ਇਹਦੇ ਕੋਲ ਕਿੱਥੇ ਕਾਪੀ ਪਚਵੰਜਾ ਸਾਲ ਮੈਂ ਕਿਹੜਾ ਜਾਂਦਾ ਵਿਚਾਰਾ ਘਰ ਮੈਂ ਨਾ ਚੁੱਪ ਕਰਕੇ ਆਪਾਂ ਚੱਲ ਗਏ ਬਜ਼ੁਰਗ ਆਪਾਂ ਨਹੀਂ ਕਰਨਾ ਪਰ ਜਿੱਦਾਂ ਦੀਆਂ ਤੁਸੀਂ ਗੱਲਾਂ ਕਹਿੰਦੇ ਉਹਦੇ ਵਿਚਾਰੇ ਦੇ ਮਨ ਚ ਇਹ ਆ ਇੱਥੇ ਆਉਂਦੇ ਨੇ ਮੇਰੇ ਯਾਰ ਪੈਨਸ਼ਨ ਦੇ ਪੈਸੇ ਉਹਦੇ ਮਨ ਚ ਇਹੀ ਰਹਿਣਾ ਚਾਹੇ ਘਰ ਵੀ ਜਿਹੜੇ ਹੈਗੇ ਜਮ੍ਹਾਂ ਹੋਊਗੇ ਬਿਲਕੁਲ ਬਿਲਕੁਲ ਮੈਂ ਨੀ ਕਹਿੰਦਾ ਜੇ ਤੁਸੀਂ ਪਹਿਲੀ ਗੱਲ ਹੀ ਕਹਿੰਦੇ ਸਾਡੇ ਬੰਦਿਆਂ ਨੂੰ ਵੀ ਹਾਂ ਉਹ ਸਾਡੇ ਬੰਦੇ ਠੋਕ ਕੇ ਜਵਾਬ ਦਿੱਤਾ ਹੈ ਨੀ ਕਾਪੀ ਕੂਪੀ ਮੇਰੇ ਕੋਲ ਨਹੀਂ ਮੈਂ ਇਹ ਨਹੀਂ ਕਹਿੰਦਾ ਇਦਾਂ ਕਿਹਾ ਸਾਡੇ ਬੰਦਿਆਂ ਨੂੰ ਭਾਜੀ ਇਦਾਂ ਕਿਹਾ ਹੈ ਨੀ ਕਾਪੀ ਕੂਪੀ ਬੰਦੇ ਬੰਦੇ ਯਾਰ ਮੈਨੂੰ ਪਤਾ ਨਹੀਂ ਮੇਰੇ ਕੋਲ ਕਾਪੀ ਹੋਰ ਧੱਕੇ ਨਾ ਕਹੀ ਛੱਡੋ ਯਾਰ ਨਹੀਂ ਦੇਣੀ ਤਾਂ ਬਿਠਾਣੀ ਤੋਂ ਭਾਜੀ ਜਿਹੜੀ ਕਾਪੀ ਇਹ ਘਰ ਹੈ ਉਹ ਇਹ ਘਰ ਨੂੰ ਕਾਰ ਦੀ ਕਰਵਾਈ ਨਾ ਕੱਲੀ ਕੱਲੀ ਚੀਜ਼ ਦੇ ਮਹੀਨੇ ਦੇ ਪੈਸੇ ਦੇਣੇ ਪੈਣੇ ਜਦੋਂ ਕਾਰ ਵੀ ਕਰਵਾਈ ਪਹਿਲਾਂ ਉੱਥੇ ਮੈਨੂੰ ਕਿਹਾ ਇਹਨੇ ਰੱਖੀ ਕਿਤੇ ਪਹਿਲਾਂ ਇਹਨੇ ਰੱਖੀ ਉਹ ਵਿਚਾਰੇ ਨੂੰ ਮੂੰਹ ਤੇ ਕਰਾ ਤਾ ਕਹਿੰਦੇ ਤੁਹਾਡੇ ਕੋਲ ਕਾਪੀ ਹੈ ਰਿਸ਼ਤੇਦਾਰ ਆ ਗਿਆ ਨਾ ਸਤਾਸੀ ਸਾਲ ਹੋ ਗਿਆ ਤੇਰਾਂ ਸਾਲ ਇੱਕ ਬੰਦੇ ਨੇ ਕੰਮ ਕਰਵਾਇਆ 37 ਸਾਲ ਬਜ਼ੁਰਗ ਹੋ ਗਏ 37 ਸਾਲ ਵਾਹਿਗੁਰੂ ਵਾਹਿਗੁਰੂ 37 ਸਾਲ ਜ਼ਿੰਦਗੀ ਨਿਕਲ ਗਈ ਹੈਂ ਕੋਈ ਬੰਦੇ ਨੇ ਕੰਮ ਕਰਾਉਣਾ ਇੱਦਾਂ ਦਾ ਯਾਰ ਜਿਹੜਾ ਮਰਜ਼ੀ ਪੁੱਤ ਬਣਾ ਬਣਾ ਕੇ ਇੱਕ ਜੂਨ ਹੀ ਕੱਟੀ ਜਾਂਦੇ ਵਿਚਾਰੇ ਹੈ ਨਾ
ਜੂ ਨਹੀਂ ਕੱਟੀ ਉਹਨੇ, ਸਾਰੀ ਉਮਰ ਕੱਢਦੀ ਸੀ ਇਹਨਾਂ ਨੂੰ, ਫੇਰ ਕਹਿੰਦੇ ਸਾਈ ਪੁੱਤ ਬਣਾ ਕੇ ਰੱਖਿਆ। ਉਹ ਯਾਰ ਭਾਜੀ ਉਹ ਦਰਦੀ ਨਹੀਂ ਨਾ ਲਿਖੋ ਜਿਹੜੇ ਇਹਨਾਂ ਨੂੰ ਲੈ ਕੇ ਆਏ ਆ ਕੀ ਯਾਰ, ਹੈ ਹੀ ਨਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਬਹਿ ਵੀ ਮਤਲਬ ਅਸੀਂ ਕਿਸੇ ਦਾ ਪੁੱਤ ਕਿਸੇ ਦਾ ਕਿੱਥੇ ਲੇਖਾ ਦੇਣਾ, ਲੇਖਾ ਕਈ ਦਾ ਜਾਂਦੇ ਮੇਰਾ ਠੀਕ ਨਹੀਂ ਨਾਲ ਨਾਲ ਹੀ ਬਜ਼ੁਰਗ ਲਿਖਾ ਦਿੰਦਾ। ਬੁਖਾਰ ਇੱਦਾਂ ਚੜ੍ਹਨਾ ਜਦੋਂ ਅਸੀਂ ਕਿਸੇ ਦਾ ਪੁੱਤ ਬਣਾ ਕੇ ਗੁਰਬਖਸ਼ ਏਦਾਂ ਰੱਖਣਾ, ਬੁਖਾਰ ਨਹੀਂ ਚੜ੍ਹਨਾ ਹੋਰ ਕੀ ਹੋਣਾ। ਇਹ ਰਾਣੀ ਪਿੰਡ ਤੋਂ ਲਿਆਂਦਾ, ਕੁਛ ਨਹੀਂ ਜੀ ਯਾਰ ਨਾ ਮੋੜ ਦੇ ਮੈਨੂੰ। ਆਧਾਰ ਕਾਰਡ ਵੀ ਬਣਿਆ, ਆਧਾਰ ਕਾਰਡ ਬਣਾਇਆ ਨਹੀਂ, ਆਧਾਰ ਕਾਰਡ ਲਿਆ ਪਤਾ ਨਹੀਂ, ਆਧਾਰ ਕਾਰਡ ਤਾਂ ਵਿਚਾਰੇ ਨੂੰ ਪਤਾ ਨਹੀਂ, ਜੇ ਕਾਪੀ ਬਣਾਈ ਤਾਂ ਆਧਾਰ ਕਾਰਡ ਵੀ ਬਣਿਆ ਦੱਸ, ਨਹੀਂ ਉਹ ਕਹਿੰਦਾ ਆਧਾਰ ਕਾਰਡ ਨਹੀਂ ਬਣਿਆ, ਜੇ ਕਾਪੀ ਬਣਾਈ ਤਾਂ ਆਧਾਰ ਕਾਰਡ ਵੀ ਤਾਂ ਬਣਾਇਆ ਗਿਆ ਸਭ ਹੀ ਪੱਕੇ ਮੈਂ ਬੰਦਾ ਜਿਹੜਾ ਯਾਰ ਤੇਰੇ ਕੋਲ ਇੱਥੇ ਲਾਗੇ 35 ਸਾਲ ਹੋ ਗਏ ਯਾਰ, ਹੋਰ ਯਾਰ ਪੰਜਾਬੀ ਆ ਯਾਰ, ਪੰਜਾਬੀ ਧੁਰੀ ਦੱਸਣ ਡਿਆ ਸਾਰਾ ਕੁਛ, ਦੇਖਰਾ ਹੀ ਬਾਣੀਆਂ ਪਰਿਵਾਰ ਚੋਂ ਹੱਦ ਹੋ ਗਈ ਆ। ਚਲੋ ਫਿਰ ਸਤਿ ਸ਼੍ਰੀ ਅਕਾਲ ਵੀ, ਬਹੁਤ ਬਹੁਤ ਵਧੀਆ ਵੀਰ, ਬਹੁਤ ਵਧੀਆ, ਠੀਕ।